ਸਤਿ ਸ੍ਰੀ ਅਕਾਲ ਜੀ। ਅੱਜ 27 ਮਾਰਚ ਦਿਨ ਬੁੱਧਵਾਰ ਸਵੇਰ ਦੇ ਕਰੀਬ 7:30 ਵਜੇ ਮਿਊਂਸਪਲ ਪਾਰਕ ਕੋਟਪੁਰਾ ਵਿਖੇ ਗੁੱਡ ਮਾਰਨਿੰਗ ਵੈਲਫੇਅਰ ਕਲੱਬ ਵੱਲੋਂ ਮੈਂ ਜਾਣੀ ਕਿ ਗੁਰਿੰਦਰ ਸਿੰਘ ਕੋਟਕਪੁਰਾ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ। ਆਓ ਜੀ ਤੁਹਾਨੂੰ ਲੈ ਚੱਲੀਏ ਉਹਨਾਂ ਸ਼ਖਸੀਅਤਾਂ ਕੋਲ ਜਿਹੜੀਆਂ ਰੋਜ਼ਾਨਾ ਤੁਹਾਡੇ ਲਈ ਲੈ ਕੇ ਆਉਂਦੀਆਂ ਨੇ ਕੋਈ ਨਾ ਕੋਈ ਸ਼ੁੱਧ ਵਚਨ, ਸ਼ੁੱਧ ਵਿਚਾਰ, ਗੀਤ, ਗਜ਼ਲ, ਸ਼ੇਅਰ ਜਾਂ ਚੁਟਕਲਾ। ਅੱਜ ਸਭ ਤੋਂ ਪਹਿਲਾਂ ਮੂੰਹ ਮਿੱਠਾ ਕਰਾਉਣ ਜਾ ਰਹੇ ਨੇ ਉੱਘੇ ਸਮਾਜ ਸੇਵੀ ਚੰਦਰ ਅਰੋੜਾ ਜੀ, ਤਰਸੇਮ ਚਾਵਲਾ ਜੀ ਦਾ। ਅੱਜ ਉਹਨਾਂ ਦੀ 42ਵੀਂ ਮੈਰਿਜ ਐਨਵਰਸਰੀ, ਵਿਆਹ ਦੀ ਵਰੇਗੰਢ। ਲਓ ਜੀ ਤਾੜੀ ਮਾਰੋ। ਤਰਸੇਮ ਚਾਵਲਾ ਜੀ ਮੋੜਾਂ ਵਾਲੇ, ਜਿਨ੍ਹਾਂ ਦੇ ਅੱਜ 42ਵੀਂ ਵਿਆਹ ਦੀ ਵਰੇਗੰਢ ਹੈ, ਗੁੱਡ ਮਾਰਨਿੰਗ ਵੈਲਫੇਅਰ ਕਲੱਬ ਵੱਲੋਂ ਇਹਨਾਂ ਦੇ ਚੰਗੇਰੇ ਭਵਿੱਖ ਦੀਆਂ, ਸਮੁੱਚੇ ਪਰਿਵਾਰ ਦੇ ਸਿਹਤ ਤੰਦਰੁਸਤੀ ਦੀਆਂ ਸ਼ੁਭ ਕਾਮਨਾਵਾਂ ਅਤੇ ਵਾਹਿਗੁਰੂ ਦੇ ਚਰਨਾਂ 'ਚ ਅਰਦਾਸ। ਆ ਜਾਓ ਹੁਣ ਆਪਾਂ ਚੱਲਦੇ ਹਾਂ ਜੀ ਸਾਹਿਤਕ ਮਾਹੌਲ ਵੱਲ। ਸਾਹਿਤਕ ਮਾਹੌਲ ਸ਼ੁਰੂ ਕਿਹਦੇ ਤੋਂ ਕਰਾਂਗੇ? ਸ਼ੁਰੂ ਆਪਾਂ ਕਰਾਂਗੇ ਸਾਡੇ ਬਹੁਤ ਹੀ ਸਤਿਕਾਰਯੋਗ ਉੱਘੇ ਸ਼ਾਇਰ ਪ੍ਰੋਫੈਸਰ ਰਾਜ ਜੀ। ਕੀ ਸ਼ੇਅਰ ਲੈ ਕੇ ਆਏ ਹੋ? ਚਿਹਰੇ ਕੀ ਹਸੀ ਸੇ ਗਮ ਕੋ ਭੁਲਾ ਦੋ। ਚਿਹਰੇ ਕੀ ਹਸੀ ਸੇ ਗਮ ਕੋ ਭੁਲਾ ਦੋ। ਕੰਮ ਬੋਲੋ ਮਗਰ ਸਭ ਕੁਛ ਬਤਾ ਦੋ। ਕੰਮ ਬੋਲੋ ਮਗਰ ਸਭ ਕੁਛ ਬਤਾ ਦੋ। ਸਭ ਕੁਛ ਬਤਾ ਦੋ, ਖੁਦ ਨਾ ਰੂਠੋ, ਸਭ ਕੋ ਹਸਾ ਦੋ ਜੀ। ਯਹੀ ਰਾਜ ਹੈ ਜ਼ਿੰਦਗੀ ਕਾ, ਜੀਓ ਔਰ ਜੀਣਾ ਸਿਖਾ ਦੋ। ਵਾਹ ਜੀ ਵਾਹ, ਵਾਹ ਜੀ ਵਾਹ। ਹਾਂਜੀ ਨਰੂਲਾ ਜੀ, ਹਾਂਜੀ ਚਾਵਲਾ ਜੀ, ਕਹੋਗੇ ਕੁਛ? ਹਾਂਜੀ ਚੰਦਰ ਜੀ। ਸੁਖਵਿੰਦਰ ਰਾਮਗੜੀਆ, ਬੰਦਾ ਸੋਚਦਾ ਕਰਾਂ ਮੈਂ ਹਿੰਦੁਸਤਾਨ ਤੇ ਜੀ ਰਾਜ ਜੀ, ਪਰ ਕਿਸਮਤ ਆਖਦੀ ਕਰਾਂ ਕੰਗਾਲ ਤੈਨੂੰ। ਵਾਹ ਜੀ ਵਾਹ, ਵਾਹ ਜੀ ਵਾਹ। ਹਾਂਜੀ ਗੁਪਤਾ ਜੀ। ਸੁਰਿੰਦਰ ਜੀ, ਦੂਜੇ ਨੂੰ ਛੋਟਾ ਮਹਿਸੂਸ ਕਰਾ ਕੇ ਤੁਸੀਂ ਆਪ ਵੱਡੇ ਨਹੀਂ ਬਣ ਸਕਦੇ। ਵਾਹ ਜੀ ਵਾਹ, ਇਹ ਆਪਣੇ ਸਾਰਿਆਂ 'ਚ ਇੱਕ ਬੰਦਾ ਹੈਗਾ ਉਹਦੇ 'ਤੇ ਟੁੱਕਦੀ ਹੈ ਗੱਲ। ਹਾਂਜੀ ਬਾਗੀ ਜੀ, ਜਦੋਂ ਤਲਾਬ ਭਰਦਾ ਹੈ ਤਾਂ ਮੱਛੀਆਂ ਕੀੜੀਆਂ ਨੂੰ ਖਾਂਦੀਆਂ ਹਨ ਜੀ, ਜਦੋਂ ਤਲਾਬ ਖਾਲੀ ਹੁੰਦਾ ਤਾਂ ਕੀੜੀਆਂ ਮੱਛੀਆਂ ਨੂੰ ਖਾਂਦੀਆਂ। ਵਾਹ ਜੀ ਵਾਹ, ਸਬਰ ਰੱਖੋ, ਸਮਾਂ ਸਭ ਤੇ ਆਉਂਦਾ ਹੈ। ਵਾਹ ਜੀ ਵਾਹ। ਹਾਂਜੀ ਕਰਤੇ ਜੀ, ਨਾ ਰਾਜਾ ਰਹੇਗਾ ਨਾ ਰਾਨੀ ਰਹੇਗੀ, ਇਹ ਦੁਨੀਆ ਤੋਂ ਫਾਨੀ ਹੈ, ਫਾਨੀ ਰਹੇਗੀ। ਵਾਹ ਜੀ ਵਾਹ। ਹਾਂਜੀ, ਆ ਕਿਵੇਂ ਤੁਹਾਡੇ ਹੱਥ ਨਮਕੀਨ? ਇਹ ਵਿਆਹ ਦੀ, ਚਾਵਲਾ ਸਾਹਿਬ ਦੀ ਵਿਆਹ ਦੀ। ਅੱਛਾ ਅੱਛਾ, ਨਾਲ ਨਮਕੀਨ ਵੀ ਲਿਆਂਦਾ ਹੈ। ਵਾਹ ਜੀ ਵਾਹ। ਹਾਂਜੀ ਮਾਸਟਰ ਜੀ, ਜਿਉਂ ਜਿਉਂ ਮਨੁੱਖ ਦੇ ਤੋਹਫਿਆਂ ਵਿੱਚ ਵਾਧਾ ਹੁੰਦਾ ਜਾਂਦਾ ਹੈ, ਉਸ ਦੇ ਦੋਸਤਾਂ ਦਾ ਦਾਇਰਾ ਤੰਗ ਹੁੰਦਾ ਜਾਂਦਾ। ਵਾਹ ਜੀ ਵਾਹ, ਵਾਹ ਜੀ ਵਾਹ। ਹਾਂਜੀ ਟੋਨੀ ਜੀ, ਲੱਖ ਖੁਸ਼ੀਆਂ ਪਾਸ਼ਾਈਆਂ ਜੇ ਸਤਿਗੁਰ ਨਦਰ ਕਰੇ। ਵਾਹ ਜੀ ਵਾਹ। ਹਾਂਜੀ ਨੰਬਰਦਾਰ ਸਾਹਿਬ। ਹਾਂਜੀ ਨੀਟੀ ਜੀ। ਗੁੱਡ ਮਾਰਨਿੰਗ ਜੀ। ਹਾਂਜੀ ਮੌਂਗਾ ਜੀ। ਹਾਂਜੀ ਸੁਪਰਡੈਂਟ ਸਾਹਿਬ, ਜਿਹੜਾ ਵਿਅਕਤੀ ਆਪਣੀ ਨਿੰਦਿਆ ਸਹਿ ਸਕਦਾ ਹੈ ਜੀ, ਉਹ ਸਾਰੀ ਦੁਨੀਆਂ ਤੇ ਜਿੱਤ ਹਾਸਲ ਕਰ ਸਕਦਾ ਹੈ। ਵਾਹ ਜੀ ਵਾਹ, ਵਾਹ ਜੀ ਵਾਹ। ਹਾਂਜੀ ਰਾਜਾ ਜੀ, ਅਮਨ ਘੋਲੀਆ ਜੀ, ਮੀਤਾ ਜੀ। ਅਰਦਾਸ ਤਾਂ ਸੁੱਕੇ ਖੂਹ 'ਚ ਲੱਗੇ ਉਸ ਨਲਕੇ ਵਰਗੀ ਹੈ ਜੀ, ਜਿਹੜਾ ਰੋਲਾ ਤਾਂ ਬਹੁਤ ਪਾਉਂਦਾ ਪਰ ਪਾਣੀ ਨਹੀਂ ਦਿੰਦਾ। ਹਾਂਜੀ ਪੱਪੂ ਲੋਹਰੀਆ ਜੀ। ਹਾਂਜੀ ਬੀਪੀ ਸਿੰਘ, ਬਿੱਟੂ ਤਿੰਗੜਾ। ਅਰਦਾਸ ਤੇ ਵਿਸ਼ਵਾਸ ਦੋਨੋਂ ਨਜ਼ਰ ਤਾਂ ਨਹੀਂ ਆਉਂਦੇ ਜੀ, ਪਰ ਦੋਨਾਂ 'ਚ ਇੰਨੀ ਤਾਕਤ ਹੈ ਕਿ ਨਾਮੁਮਕਿਨ ਨੂੰ ਵੀ ਮੁਮਕਿਨ ਬਣਾ ਦਿੰਦੇ। ਇਹ ਤਾਂ ਜਮਾਂ ਉਲਟ ਹੋ ਗਿਆ। ਹਾਂਜੀ ਭੱਟੀ ਸਾਹਿਬ। ਦੁੱਖ ਭੋਗਣ ਵਾਲਾ ਅੱਗੇ ਸੁਖੀ ਹੋ ਸਕਦਾ ਹੈ ਜੀ, ਪਰ ਦੁੱਖ ਦੇਣ ਵਾਲਾ ਅੱਗੇ ਸੁਖੀ ਨਹੀਂ ਹੋ ਸਕਦਾ। ਵਾਹ ਜੀ ਵਾਹ, ਵਾਹ ਜੀ ਵਾਹ। ਹਾਂਜੀ ਮਾਸਟਰ ਉਧਮ ਸਿੰਘ ਬਰਾੜ ਜੀ। ਲਓ ਜੀ, ਜਿੰਨਾ ਜਿੰਨਾ ਵੀਰਾਂ ਨੇ ਅੱਜ ਦੀ ਇਸ ਸਾਹਿਤਕ ਮਹਿਫਲ 'ਚ ਹਿੱਸਾ ਲਿਆ ਅਤੇ ਤਰਸੇਮ ਚਾਵਲਾ ਜੀ ਦੀ ਮੈਰਿਜ ਐਨਵਰਸਰੀ ਵਾਲੀ ਇਸ ਖੁਸ਼ੀ 'ਚ ਸ਼ਾਮਲ ਹੋਏ, ਉਹਨਾਂ ਸਾਰਿਆਂ ਦੇ ਚੰਗੇਰੇ ਭਵਿੱਖ ਦੀਆਂ, ਸਦਾ ਤੰਦਰੁਸਤੀ ਦੀਆਂ ਸ਼ੁਭ ਕਾਮਨਾਵਾਂ ਅਤੇ ਵਾਹਿਗੁਰੂ ਦੇ ਚਰਨਾਂ 'ਚ ਅਰਦਾਸ। ਮੈਂ ਗੁਰਿੰਦਰ ਸਿੰਘ ਕੋਟਕਪੂਰਾ।